ਤੁਸੀਂ ਵੇਖ ਰਹੇ ਹੋ ਚਾਰਦਿਕਲਾ ਟਾਈਮ ਟੀਵੀ ਮੈਂ ਹਾਂ ਸੁਖਵਿੰਦਰ ਸਿੰਘ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ ਵੱਖਰੀ ਕਮੇਟੀ ਦੇ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਪੇਸ਼ ਹੋਏ ਜਗਦੀਸ਼ ਸਿੰਘ ਚਿੰਡਾ ਚਿੱਠੀ ਭੇਜ ਕੇ 4 ਦਿਨਾਂ ਦਾ ਮੰਗਿਆ ਸਮਾਂ ਸਿੱਖ ਕੌਮ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅੱਜ 408ਵਾਂ ਸਥਾਪਨਾ ਦਿਹਾੜਾ ਤਖਤ ਸਾਹਿਬ ਤੇ ਇਲਾਹੀ ਬਾਣੀ ਦੇ ਪ੍ਰਵਾਹ ਜਾਰੀ ਇਰਾਕ ਦੇ ਮਸੂਲ ਵਿੱਚ ਫਸੇ 40 ਪੰਜਾਬੀਆਂ ਦੇ ਪਰਿਵਾਰਾਂ ਨੂੰ ਹਰ ਮਹੀਨੇ 20,000 ਰੁਪਏ ਦੇਵੇਗੀ ਪੰਜਾਬ ਸਰਕਾਰ ਵਾਪਸ ਪਰਤੇ ਪੰਜਾਬੀਆਂ ਤੱਕ ਪਹੁੰਚ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਅਤੇ ਖੜੇ ਟਰੱਕ ਵਿੱਚ ਕਾਰ ਵੱਜਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਮੁਕੇਰੀਆਂ ਦੇ ਪਿੰਡ ਐਮਾ ਮਾਗਟ ਨਜ਼ਦੀਕ ਮੁੱਖ ਮਾਰਗ ਤੇ ਹੋਇਆ ਸੀ ਹਾਦਸਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹਰਿਆਣਾ ਵਿੱਚ ਵੱਖਰੀ ਕਮੇਟੀ ਦਾ ਮੁੱਦਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਜਿਸ ਤੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਿਆਣਾ ਦੇ 5 ਸਿੱਖ ਆਗੂਆਂ ਨੂੰ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਪਰ ਵੱਖਰੀ ਕਮੇਟੀ ਦੀ ਮੰਗ ਤੇ ਡਟੇ ਸਿੱਖ ਆਗੂਆਂ ਦੇ ਵਿੱਚ ਜਗਦੀਸ਼ ਸਿੰਘ ਝਿੰਡਾ ਅੱਜ ਤਖਤ ਸਾਹਿਬ ਤੇ ਪੇਸ਼ ਨਹੀਂ ਹੋਏ ਝਿੰਡਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਭੇਜ ਕੇ 4 ਦਿਨਾਂ ਦਾ ਹੋਰ ਸਮਾਂ ਮੰਗਿਆ ਬੈਠਕ ਦਾ ਮੁੱਖ ਮਕਸਦ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥਕ ਹਿੱਤਾਂ ਸੰਬੰਧੀ ਵੱਖਰੀ ਕਮੇਟੀ ਦੀ ਮੰਗ ਦਾ ਤਿਆਗ ਕਰਨ ਅਤੇ ਤਾਂ ਜੋ ਅਥਾਹ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਬਰਕਰਾਰ ਰੱਖਿਆ ਜਾ ਸਕੇ ਕਾਬਲੇ ਗੌਰ ਹੈ ਕਿ ਹਰਿਆਣਾ ਵਿੱਚ 6 ਜੁਲਾਈ ਨੂੰ ਹੋਣ ਜਾ ਰਹੇ ਸਿੱਖ ਸੰਮੇਲਨ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਬਾਰੇ ਹੁੱਡਾ ਸਰਕਾਰ ਵੱਲੋਂ ਦਿੱਤੇ ਸੰਕੇਤ ਅਤੇ ਹਰਿਆਣਾ ਦੇ ਸਿੱਖ ਆਗੂਆਂ ਵੱਲੋਂ ਕੀਤੀ ਜਾ ਰਹੀ ਮੰਗ ਤੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬ ਵੱਲੋਂ ਮੁੱਢ ਤੋਂ ਹੀ ਆਪਣਾ ਵਿਰੋਧ ਜਤਾਇਆ ਗਿਆ ਝਿੰਡਾ ਦੇ ਪੇਸ਼ ਨਾ ਹੋਣ ਤੇ ਅੱਜ ਝਿੰਡਾ ਨੇ ਜਥੇਦਾਰ ਸਾਹਿਬ ਤੋਂ 4 ਦਿਨਾਂ ਦਾ ਹੋਰ ਸਮਾਂ ਮੰਗਿਆ ਇਸ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ 2 ਵਜੇ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਜਾਣਕਾਰੀ ਦੇਣਗੇ ਹਰਿਆਣਾ ਵਿੱਚ ਵੱਖਰੀ ਕਮੇਟੀ ਦਾ ਮਾਮਲਾ ਜੋ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਇਸ ਤੇ ਅੱਜ ਹਰਿਆਣਾ ਦੇ 5 ਸਿੱਖ ਆਗੂਆਂ ਨੂੰ ਤਖ਼ਤ ਸਾਹਿਬ ਤੇ ਸੱਦਿਆ ਗਿਆ ਸੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਵੈਮਾਨ ਦੇ ਪ੍ਰਤੀਕ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅੱਜ 408ਵਾਂ ਸਥਾਪਨਾ ਦਿਵਸ ਹੈ ਜੋ ਕਿ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਰਹਿੰਦੇ ਸ਼ਰਧਾਲੂਆਂ ਵੱਲੋਂ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਧਾਰਮਿਕ ਸਮਾਗਮ ਉਲੀਕਿਆ ਗਿਆ ਜਿੱਥੇ ਰਾਗੀ ਸਿੰਘਾਂ ਵੱਲੋਂ ਰੂਹਾਨੀ ਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਜ਼ਿਕਰ ਖਾਸ ਹੈ ਕਿ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸੰਨ 1606 ਈਸਵੀ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਨਿਆਰੀ ਹੋਂਦ ਅਤੇ ਸਵੈਮਾਨ ਦਾ ਪ੍ਰਤੀਕ ਹੈ ਤਖ਼ਤ ਸਾਹਿਬ ਤੋਂ ਪੰਥਕ ਮਰਿਆਦਾ ਅਨੁਸਾਰ ਜਾਰੀ ਹੋਏ ਹਰ ਹੁਕਮ ਆਦੇਸ਼ ਸੰਦੇਸ਼ ਅਤੇ ਗੁਰਮਤੇ ਨੂੰ ਸੰਸਾਰ ਦਾ ਹਰ ਸਿੱਖ ਆਪਣੇ ਲਈ ਇਲਾਹੀ ਹੁਕਮ ਸਮਝਦਾ ਹੈ ਅਤੇ ਉਸ ਨੂੰ ਖਿੜੇ ਮੱਥੇ ਮੰਨਣ ਲਈ ਪਾਬੰਦ ਵੀ ਹੈ ਤੇ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਇਰਾਕ ਤੋਂ ਸੁਰੱਖਿਅਤ ਵਾਪਸ ਪਹੁੰਚੇ ਪੰਜਾਬੀਆਂ ਦੇ ਪਰਿਵਾਰਾਂ ਕੋਲ ਨਿੱਜੀ ਤੌਰ ਤੇ ਜਾ ਕੇ ਇਸ ਔਖੀ ਘੜੀ ਵਿੱਚ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਾ ਸਹਿਯੋਗ ਦਿੱਤਾ ਜਾਵੇ ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਦਾਰ ਬਾਦਲ ਨੇ ਕੈਬਨਿਟ ਮੰਤਰੀਆਂ ਨੂੰ ਵੀ ਪੀੜਤ ਪਰਿਵਾਰਾਂ ਦੇ ਨਾਲ ਤਾਲਮੇਲ ਰੱਖਣ ਲਈ ਆਖਿਆ ਮੁੱਖ ਮੰਤਰੀ ਨੇ ਇਰਾਕ ਦੇ ਮਸੂਲ ਵਿੱਚ ਫਸੇ ਲਗਭਗ 40 ਪੰਜਾਬੀਆਂ ਦੇ ਪਰਿਵਾਰਾਂ ਨੂੰ 20,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਇਰਾਕ 'ਚ ਫਸੇ ਪੰਜਾਬੀਆਂ ਦੀ ਸਹੀ ਸਲਾਮਤ ਵਤਨ ਵਾਪਸੀ ਦੇ ਲਈ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ ਪੰਜਾਬ ਸਰਕਾਰ ਵੱਲੋਂ ਇਰਾਕ 'ਚ ਫਸੇ ਭਾਰਤੀਆਂ ਦੇ ਪਰਿਵਾਰਾਂ ਦੇ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਹੋਏ ਨੇ ਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ 'ਚ ਲੱਗੀ ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ ਪਟਿਆਲਾ ਪੁਲਿਸ ਨੇ ਇੱਕ ਵੱਡੇ ਕੌਮਾਂਤਰੀ ਸਿੰਥੈਟਿਕ ਡਰੱਗ ਤਸਕਰੀ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਇਸ ਗਿਰੋਹ ਦੇ ਕਾਬੂ ਹੋਣ ਨਾਲ ਹਿਮਾਚਲ ਪ੍ਰਦੇਸ਼ ਹਰਿਆਣਾ ਦਿੱਲੀ ਤੋਂ ਸ਼ੁਰੂ ਹੋ ਕੇ ਚੇਨਈ ਅਤੇ ਮਿਜ਼ੋਰਮ ਰਾਹੀਂ ਮਲੇਸ਼ੀਆ ਉੱਤੇ ਕਈ ਯੂਰਪੀ
ਦੇਸ਼ਾਂ ਨੂੰ ਸਪਲਾਈ ਹੁੰਦੇ ਸਿੰਥੈਟਿਕ ਨਸ਼ੇ ਦਾ ਪਰਦਾਫਾਸ਼ ਹੋਇਆ। ਪੁਲਿਸ ਨੇ ਗਰੋਹ ਦੇ 8 ਮੈਂਬਰ ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤੇ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਪੁਲਿਸ ਥਾਣੇ ਵਿਖੇ ਜਾਰੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਡਰੱਗ ਤਸਕਰੀ ਦਾ ਇਹ ਨੈਟਵਰਕ ਤਾਮਿਲਨਾਡੂ ਤੋਂ ਚਲਾਇਆ ਜਾ ਰਿਹਾ। ਇਸ ਗਰੋਹ ਦੇ ਕੋਲੋਂ 1.6 ਕਰੋੜ ਰੁਪਏ ਦੀ ਭਾਰਤੀ ਕਰੰਸੀ, 615 ਕਿਲੋ ਸੋਡੋਫੈਡਰਾਈਨ, 6.5 ਕਿਲੋ ਨਸ਼ੀਲਾ ਪਦਾਰਥ ਅਤੇ ਨਸ਼ੀਲੀਆਂ ਦਵਾਈਆਂ ਸਮੇਤ 32 ਬੋਰ ਦੀ ਪਿਸਤੌਲ ਅਤੇ 8 ਕਾਰਤੂਸ ਅਤੇ 1 ਸਵਿਫਟ ਡਿਜ਼ਾਇਰ ਕਾਰ ਬਰਾਮਦ ਹੋਈ ਹੈ। ਪੁਲਿਸ ਦੇ ਮੁਤਾਬਕ ਇਹ ਨੈਟਵਰਕ ਪਿਛਲੇ 6-7 ਸਾਲਾਂ ਤੋਂ ਸਰਗਰਮ ਸੀ। ਪੁਲਿਸ ਇਸ ਮਾਮਲੇ ਵਿੱਚ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾ ਰਹੀ ਹੈ। ਤੇ ਅਗਲੀ ਖਬਰ ਸੜਕ ਹਾਦਸੇ ਦੇ ਨਾਲ ਜੁੜੀ ਹੈ। ਮੁਕੇਰੀਆਂ ਦੇ ਪਿੰਡ ਐਮਾ ਮਾਡਕ ਮਾਗਟ ਨਜ਼ਦੀਕ ਮੁੱਖ ਮਾਰਗ ਤੇ ਖੜੇ ਟਰੱਕ ਵਿੱਚ ਕਾਰ ਦੀ ਟੱਕਰ ਹੋਣ ਦੇ ਨਾਲ ਹਾਦਸਾ ਵਾਪਰ ਗਿਆ, ਜਿਸ ਦੇ ਨਾਲ ਕਾਰ ਚਾਲਕ ਵਿਨੇ ਜੈਨ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਸਥਾਨਕ ਮੁਕੇਰੀਆਂ ਵਾਸੀ ਵਿਨੇ ਜੈਨ ਆਪਣੀ ਜੈਨ ਕਾਰ ਵਿੱਚ ਸਵਾਰ ਹੋ ਕੇ ਕਿਸੇ ਕੰਮ ਖਾਤਰ ਦਸੂਹਾ ਜਾ ਰਿਹਾ ਸੀ ਕਿ ਐਮਾ ਮਾਡਕ ਮਾਗਟ ਨਜ਼ਦੀਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦੀ ਲਾਸ਼ ਕੱਢਣ ਲਈ ਭਾਰੀ ਜੱਦੋਜਹਿਦ ਕਰਨੀ ਪਈ। ਮੌਕੇ 'ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦਿਆਂ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਉੱਧਰ ਮੋਰਿੰਡਾ ਲੁਧਿਆਣਾ ਰੋਡ 'ਤੇ ਵੀ ਕੱਲ੍ਹ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਮੋਟਰਸਾਈਕਲ ਅਤੇ ਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਸਾਈਕਲ ਸਵਾਰ ਅਤੇ ਟਰੱਕ ਡਰਾਈਵਰ ਗੰਭੀਰ ਜ਼ਖਮੀ ਹਾਲਤ ਵਿੱਚ ਜ਼ੇਰੇ ਇਲਾਜ ਨੇ। ਜਾਣਕਾਰੀ ਦੇ ਮੁਤਾਬਕ ਕੋਕਾ ਕੋਲਾ ਕੰਪਨੀ ਦਾ ਟਰੱਕ ਜਦੋਂ ਸਥਾਨਕ ਕੇਂਦੂ ਬਾਬਾ ਸਮਾਧ ਨੇੜੇ ਪੁੱਜਾ ਤਾਂ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੜ੍ਹੇ ਦੋ ਵਾਹਨਾਂ ਨੂੰ ਆਪਣੀ ਚਪੇਟ ਵਿੱਚ ਲੈਂਦਿਆਂ ਇੱਕ ਬੰਦ ਪਈ ਦੁਕਾਨ ਵਿੱਚ ਜਾ ਵੱਜਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਗੱਡੀ ਜਿਹੜੀ ਆ ਕੋਕਾ ਕੋਲਾ ਵਾਲੀ ਜਾ ਰਹੀ ਸੀ ਬੱਸ ਸਟੈਂਡ ਮਰਿੰਡਾ ਤੋਂ ਬੱਸੀ ਵਾਲੀ ਸਾਈਡ, ਇਹਨੇ ਰੋਂਗ ਸਾਈਡ 'ਤੇ ਜਾ ਕੇ ਇੱਕ ਮੋਟਰਸਾਈਕਲ ਸਵਾਰ ਔਰ ਇੱਕ ਸਾਈਕਲ ਵਾਲੇ ਨੂੰ ਦਿੱਤਾ। ਜਿਹੜਾ ਮੋਟਰਸਾਈਕਲ ਵਾਲਾ ਉਹਦੀ ਤਾਂ ਮੌਕੇ 'ਤੇ ਮੌਤ ਹੋ ਗਈ, ਜਿਹੜਾ ਸਾਈਕਲ ਸਵਾਰ ਸੀਗਾ ਉਹ ਸੀਰੀਅਸ ਆ, ਉਹਨੂੰ ਸੈਕਟਰ 32 ਦੇ ਹੌਸਪੀਟਲ ਰੈਫਰ ਕੀਤਾ ਗਿਆ। ਅਤੇ ਲੁਧਿਆਣਾ ਦੀ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਇੱਕ ਮੀਟਿੰਗ ਕਰਕੇ ਨਗਰ ਨਿਗਮ ਵੱਲੋਂ ਲਗਾਏ ਗਏ 10% ਟੈਕਸ ਨੂੰ ਨਾਜਾਇਜ਼ ਦੱਸਦਿਆਂ ਇਸ ਦਾ ਵਿਰੋਧ ਕੀਤਾ। ਐਸੋਸੀਏਸ਼ਨ ਆਗੂਆਂ ਨੇ ਦੱਸਿਆ ਕਿ ਇੱਕ ਵਸਤੂ 'ਤੇ ਇੱਕ ਹੀ ਸਮੇਂ ਦੋ ਤਰ੍ਹਾਂ ਦੇ ਟੈਕਸ ਨਹੀਂ ਲਗਾਏ ਜਾ ਸਕਦੇ। ਇਹਨਾਂ ਨੇ ਕਿਹਾ ਕਿ ਲੁਧਿਆਣੇ ਦੇ ਹੋਟਲ ਪਹਿਲਾਂ ਹੀ ਮੰਦੀ ਦੀ ਹਾਲਤ ਵਿੱਚ ਨੇ ਅਤੇ ਸਰਕਾਰ ਵੱਲੋਂ 23 ਤਰ੍ਹਾਂ ਦੇ ਟੈਕਸ ਦਾ ਬੋਝ ਪਹਿਲਾਂ ਹੀ ਹੋਟਲਾਂ 'ਤੇ ਪੈ ਰਿਹਾ। ਇਸ ਤਰ੍ਹਾਂ ਹੋਰ ਟੈਕਸ ਲਗਾ ਕੇ ਸਰਕਾਰ ਹੋਟਲ ਉਦਯੋਗ ਨੂੰ ਬੰਦ ਕਰਨਾ ਚਾਹੁੰਦੀ ਹੈ। ਸੰਸਥਾ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਜੇ ਸਰਕਾਰ ਨੇ ਜ਼ਬਰਦਸਤੀ ਟੈਕਸ ਲਗਾਏ ਤਾਂ ਹੋਟਲ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ। ਜੇਕਰ ਸਾਡੇ 'ਤੇ ਲਗਾਇਆ ਗਿਆ ਤਾਂ ਲੁਧਿਆਣਾ ਟੋਟਲੀ ਅਸੀਂ ਬੰਦ ਕਰਕੇ ਪ੍ਰਦਰਸ਼ਨ ਕਰਾਂਗੇ ਔਰ ਆਪਣੇ 143 ਜਿਹੜੇ ਹੋਟਲ ਦੇ ਰੈਸਟੋਰੈਂਟ ਹੈ ਉਹਦੀ ਚਾਬੀਆਂ ਸੁਖਵੀਰ ਬਾਦਲ ਜੀ ਨੂੰ ਸੌਂਪਦੇ ਹਾਂ। ਅਗਰ ਸਰਕਾਰ ਨੇ ਸਾਡੇ 'ਤੇ ਟੈਕਸ ਲਗਾਇਆ ਤਾਂ ਸਾਡੀ ਕਹਿਣ ਤੱਕ ਐਜੀਟੇਸ਼ਨ ਕੋਰਟ ਵਿੱਚ ਹੋਵੇਗੀ। ਹੀ ਸਾਡੇ 'ਤੇ 10% ਸਰਵਿਸ ਟੈਕਸ ਵਾ, 12.5% ਵੈਟ ਵਾ, 7% ਲਕਸ਼ਰੀ ਟੈਕਸ ਵਾ, ਐਕਸਾਈਜ਼ ਟੈਕਸ ਨੇ, ਪ੍ਰੋਪਰਟੀ ਟੈਕਸ ਨੇ। ਟੈਕਸਾਂ ਦੇ ਬੋਝ ਦੇ ਥੱਲੇ ਸਾਡੀ ਇੰਡਸਟਰੀ ਪਹਿਲਾਂ ਦੱਬੀ ਹੋਈ ਹੈ ਔਰ ਲੁਧਿਆਣਾ ਕੋਈ ਟੂਰਿਸਟ ਅਟਰੈਕਸ਼ਨ ਪਲੇਸ ਨਹੀਂ ਹੈਗੀ, ਇੱਥੇ ਕੋਈ ਟੂਰਿਸਟ ਨਹੀਂ ਆਉਂਦੇ। ਰੂਮ ਆਕੂਪੈਂਸੀ ਸਾਰੇ ਹੋਟਲਸ ਦੀ 20% ਤੋਂ ਜ਼ਿਆਦਾ ਨਹੀਂ ਹੈਗੀ ਔਰ ਜੇ ਇਹੀ ਹਾਲ ਗਵਰਨਮੈਂਟ ਦਾ ਰਿਹਾ, ਆਈ ਫੇਲ ਟੂ ਅੰਡਰਸਟੈਂਡ ਕਿ ਵਾਈ ਲੁਧਿਆਣਾ ਓਨਲੀ ਇਜ਼ ਬੀਇੰਗ ਟਾਰਗੇਟਡ, ਵਾਈ ਨਾਟ ਅਦਰ ਸਿਟੀ। ਅਤੇ ਉੱਧਰ ਖੰਨਾ ਵਿਖੇ ਵਾਰਡ ਨੰਬਰ 5 ਦੇ ਲੋਕਾਂ ਨੇ ਨਵੀਂ ਬਣ ਰਹੀ ਗਲੀ ਤੋਂ ਦੁਖੀ ਹੋ ਕੇ ਨਗਰ ਕੌਂਸਲ ਅਤੇ ਠੇਕੇਦਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। ਇਸ 'ਤੇ ਲੋਕਾਂ ਨੇ SDM ਨਾਲ ਮਿਲ ਕੇ ਗਲੀ ਦਾ ਕੰਮ ਪੂਰਾ ਕਰਵਾਉਣ ਦੀ ਮੰਗ ਕੀਤੀ। ਮੀਤ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੀਆਂ ਗਲੀਆਂ ਬਣਾਉਣ ਲਈ ਉਹ ਕਾਫ਼ੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਅਤੇ ਵਾਰਡ ਦੇ ਕੌਂਸਲਰ ਦੇ ਯਤਨਾਂ ਸਦਕਾ ਇਹ ਗਲੀ ਦਾ ਟੈਂਡਰ ਵੀ ਪਾਸ ਹੋ ਗਿਆ ਸੀ ਅਤੇ 3 ਮਹੀਨੇ ਪਹਿਲਾਂ ਇੱਥੇ ਠੇਕੇਦਾਰ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਪਿਛਲੇ ਲੰਬੇ ਸਮੇਂ ਤੋਂ ਕੰਮ ਪੂਰਾ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਾਡੀ ਗਲੀ ਦੇ ਵਿੱਚ ਰੋੜੀ ਪਾ ਚੁੱਕੀ ਗਈ ਹੈ ਅਤੇ ਉਸ 'ਤੇ ਜੋ ਟੈਲਾਂ ਲਾਉਣੀਆਂ ਸਨ ਉਹ ਬਿਲਕੁਲ ਨਹੀਂ ਹਜੇ ਲਗਾਈਆਂ ਗਈਆਂ। ਸਾਡੇ ਪਾਣੀ ਹੈ ਜੋ ਸਾਡੇ ਘਰਾਂ ਦੇ ਅੰਦਰ ਵੜਦਾ ਹੈ। ਪ੍ਰਸ਼ਾਸਕ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਆ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਨੂੰ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਕ ਦੀ ਕੰਨ 'ਤੇ ਜੂ ਨਹੀਂ ਰੇਂਗਦੀ, ਉਹ ਸਾਨੂੰ ਲਾਰੇ ਲੱਪੇ ਲਾਈ ਜਾਂਦੇ ਆ। ਅੱਜ ਤੋਂ 1 ਸਾਲ ਪਹਿਲਾਂ ਅਸੀਂ SDM ਸਾਹਿਬ, ਮਾਨਯੋਗ SDM ਨੂੰ ਅਤੇ
नाले के ईओ साहब जिहड़े कमेटी के इस टाइम मौजूदा ने उन्होंने भी मंग पत्र दे चुके हैं पर हजे तक साड़ी कोई सुनवाई नहीं हुई जी। तो लोग सभा चोणां विच बहुजन समाज पार्टी की हुई हार तो बाद आम लोगों तक पहुँच बनाने लई पार्टी के प्रदेश प्रधान प्रकाश सिंह जंडाली वालों मीटिंग बुलाई गई। उन्होंने कहा कि बहुजन समाज पार्टी गरीबों लई है अते उन्हां दी अपनी एक विचारधारा है ते यूपी ते कई होर जगह ते गरीबों का बाइकाट किया जा रहा जिसकी वो सख्त निंदा करते हैं ते पछड़े वर्ग के लोगों लई 33% राखवे लई उन्हां दी पार्टी हमेशा तैयार रही। बहुजन समाज पार्टी गरीब लोगों की पार्टी है, गरीबों के ज़्यादा मुद्दे होंगे ने, गरीबों के ज़्यादा मुश्किल होंगे ने, उन्होंने खातर सानू मीडिया भी सहयोग देवे ताकि असी भी उन्होंने समस्या रख सकी। संगरूर के बाइकट चल रहे हैं, बाऊपुर पिंड मोनक तहसील के उत्थे बहुत गरीबों का ज्यादती हो रही है। मेरे ख्याल अच्छ 35-36 दिन उन्हों का कारोबार छड़ी बैठे ने, घर बेचारे बिल्कुल रोटी तो भी आवाजार होए पे ने। ते सरकार वालों चल रही नरेगा स्कीम दे पैसे ना मिलन ते नरेगा मजदूर यूनियन वालों रोस प्रदर्शन किया गया। मजदूरों ने डीसी दे दफ्तर अगे प्रदर्शन करके सरकार खिलाफ नारेबाजी की। उन्होंने दसिया कि जिले के वख-वख पिंडां अंदर नरेगा स्कीम तहत काम करवा लिया गया पर मजदूरों नू हाले तक उन्हों का मेहनताना अदा नहीं किया गया जिसके कारण वधदी महंगाई के चलते मजदूरों नू आर्थिक मुश्किलों का सामना करना पै रहा। उन्होंने मांग की कि नरेगा स्कीम तहत काम यकीनी बनाया जाए और मजदूरों को उनकी मजदूरी की रकम हफ्ते के अंदर अदा की जाए। रोकी हुई है उन्होंने कणक का बकाया दिया जाए, जो रुके हुए पैसे आ इतों का एडीसी डिवेलपमेंट विकास जे एडीसी दफ्तर चंडीगढ़ जाके लोगों के पैसे पवावे वधिया ढंग दे नाल, जो पिंडां दे विच काम जिहड़े लोगों नूं नहीं काम मिलिया उन्हों का काम पंचायत तो मते पवा के काम चलाया जाए।